ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ? ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸ਼ਾਹ, ਅਤੇ ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਸੁਪਰ ਟੀਵੀ। ਜਿਹੜੇ ਵੀਰ ਚੈਨਲ 'ਤੇ ਨਵੇਂ ਆਏ ਆ, ਉਹਨਾਂ ਨੂੰ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਾਨ ਨੂੰ ਪ੍ਰੈਸ ਕਰੋ। ਅਤੇ ਦੋਸਤੋ, ਆ ਗਾਂ ਲੈ ਕੇ ਆਏ ਹਾਂ ਫਾਰ ਸੇਲ ਵਾਸਤੇ। ਇਹਦਾ ਮਾਸ਼ਾਅੱਲਾ ਚੱਡਾ ਚੈੱਕ ਕਰ ਲਓ, ਇਹਦੀ ਚਾਲ ਢਾਲ ਚੈੱਕ ਕਰ ਲਓ। ਪਿਓਰ ਫਰੀਜ਼ਨ ਗਾਂ ਵਾ, ਅਤੇ ਇੱਕ ਗਾਂ ਆ ਹੈਗੀ ਹੈ। ਇਹ ਦੋਨੇ ਗਾਈਆਂ ਫਾਰ ਸੇਲ ਨੇ ਔਰ ਦੋਨੇ ਸੂਣ ਨੂੰ ਤਿਆਰ ਆ ਮਾਸ਼ਾਅੱਲਾ। ਇਹ ਜਿਹੜੀ ਹੈ ਇਹ ਥੋੜ੍ਹਾ ਟਾਈਮ ਲੈਂਦੀ ਹੈ, ਹਲੇ ਇਹਨੇ ਲੇਵਾ ਸ਼ੇਵਾ ਨਹੀਂ ਬਣਾਇਆ। ਜਿਹੜੀ ਦੂਸਰੀ ਗਾਂ ਵਾ ਉਹ ਮਾਸ਼ਾਅੱਲਾ ਤਿਆਰ ਹੈਗੀ ਆ, ਇਹ ਹਲੇ ਥੋੜ੍ਹੇ ਤਕਰੀਬਨ 7 ਕੁ ਮਹੀਨੇ ਦੀ ਪ੍ਰੈਗਨੈਂਟ ਆ, ਅਤੇ ਜਿਹੜੀ ਦੂਸਰੀ ਆ ਉਹ ਜਿਹੜੀ ਆ ਦੇਣੀ ਲੈਂਦੀ ਹੈ, ਐਵੇਂ 10-15 ਦਿਨ ਲੈਂਦੀ ਹੈ ਸੂਣ ਵਾਸਤੇ। ਜੇ ਅਗਰ ਕਿਸੇ ਭਰਾ ਨੂੰ, ਸਾਡੇ ਵੀਰ ਨੂੰ ਪਸੰਦ ਆ ਜਾਵੇ ਤਾਂ ਉੱਪਰ ਨੰਬਰ ਚੱਲ ਰਿਹਾ ਫੀਸ ਬਾਈ ਹੁਣਾਂ ਦਾ, ਉਹਨਾਂ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਇਹ ਮਾਸ਼ਾਅੱਲਾ ਗਾਂ ਦਾ ਲੇਵਾ ਬੈਕ ਸਾਈਡ ਤੋਂ ਤੁਹਾਨੂੰ ਚੈੱਕ ਕਰਵਾ ਰਹੇ ਹਾਂ। ਇਹ ਉਹਨਾਂ ਨੇ ਦੱਸੀ, ਮੈਨੂੰ ਯਾਦ ਭੁੱਲ ਗਿਆ, ਸ਼ਾਇਦ 6 ਜਾਂ 7 ਮਹੀਨੇ ਦੀ ਗੱਭਣ ਹੈ। ਇਹ ਗੱਭਣ ਆ, ਤਸੱਲੀ ਬਖਸ਼ਾ, ਕੋਈ ਵੀ ਬੰਦਾ ਅਗਰ ਆਵੇ ਯਾਨੀ ਕਿ ਚੈੱਕ ਕਰਵਾ ਕੇ ਲਿਜਾ ਸਕਦਾ, ਕੋਈ ਇਸ਼ੂ ਨਹੀਂ ਹੈਗਾ। ਮਾਸ਼ਾਅੱਲਾ ਬੜੀਆਂ ਸੋਹਣੀਆਂ ਵੈੜਾਂ ਦੋਨੇ। ਜੇਕਰ ਕਿਸੇ ਵੀਰ ਨੂੰ ਪਸੰਦ ਆ ਜਾਵੇ, ਲੋਕੇਸ਼ਨ ਇਹਦੀ ਹੈਗੀ ਚਿਸੀਆਂ ਸਿਟੀ, ਚਿਸੀਆਂ ਸ਼ਹਿਰ, ਜ਼ਿਲ੍ਹਾ ਬਹਾਵਲ ਨਗਰ, ਅਤੇ ਚਿਸੀਆਂ ਦੇ ਕਰੀਬ ਹੀ ਇਹਨਾਂ ਪੁਲ ਮੁਰਾਦ ਇੱਕ ਅੱਡਾ ਹੈਗਾ, ਉਸ ਅੱਡੇ ਦੇ ਮਾਲ ਫਾਰ ਸੇਲ ਲਈ ਖੜ੍ਹਾ। ਤੁਸੀਂ ਫੇਸ ਬਾਈ ਹੁਣਾਂ ਨਾਲ ਰਾਬਤਾ ਕਰੋ, ਉਹ ਤੁਹਾਨੂੰ ਇਹਦੀ ਮਜ਼ੀਦ ਡਿਟੇਲ ਦੇ ਦੇਣਗੇ ਜਾਨਵਰਾਂ ਦੀ, ਜੋ ਇਹਨਾਂ ਦੇ ਪ੍ਰਾਈਸ ਨੇ, ਉਹਨਾਂ ਦੀ ਡਿਮਾਂਡ ਇਸ ਟਾਈਮ ਦੋ ਜਾਨਵਰਾਂ ਦੀ ਜਿਹੜੀ 2.5-2.5 ਲੱਖ ਰੁਪਇਆ ਦੋਨੇ ਜਾਨਵਰ, ਯਾਨੀ ਕਿ ਇਹ ਵੀ ਅਤੇ ਜਿਹੜੀ ਦੂਸਰੀ ਗਾਂ, ਉਹਨਾਂ ਦੇ 5 ਲੱਖ ਰੁਪਇਆ ਦੀ ਦੋਨੇ ਜਗਾਈਆਂ। ਇਹਦਾ ਲੇਵਾ ਚੈੱਕ ਕਰ ਸਕਦੇ ਹੋ, ਤਿਆਰ ਨੇ ਮਾਸ਼ਾਅੱਲਾ, ਫੁੱਲ ਬਟਾ ਫੁੱਲ ਹੈ ਜਿਹੜੀ ਗਾਂ, ਤਿਆਰ ਆ, ਐਵੇਂ ਚੰਦ ਦਿਨ ਲੈਂਦੀ ਆ। ਔਰ ਇਹਨਾਂ ਦਾ 5-5 ਲੀਟਰ ਦੇ ਕਰੀਬ ਦੁੱਧ ਉਹਨਾਂ ਨੇ ਦੱਸਿਆ। ਇਸ ਗਾਂ ਦਾ ਦੁੱਧ ਜਿਹੜਾ ਦੂਸਰੀ ਦੀ ਨਿਸਬਤ ਜ਼ਿਆਦਾ ਹੈਗਾ, 5 ਲੀਟਰ ਦੇ ਕਰੀਬ ਦੁੱਧ ਦੇਗੀ। 2 ਟਾਈਮ ਦਾ ਦੇ ਕਰੀਬ ਦੁੱਧ ਦੇਗੀ ਇਹ ਜਿਹੜੀ ਗਾਂ ਹੈ। ਇਹਦਾ ਤਕਰੀਬਨ 17-18 ਲੀਟਰ ਟਾਈਮ, 2 ਟਾਈਮ ਦਾ ਦੁੱਧ, ਯਾਨੀ ਕਿ 9-10 ਲੀਟਰ 8 ਲੀਟਰ ਦੇ ਕਰੀਬ ਇੱਥੇ ਕ ਯਾਨੀ ਕਿ ਦੇਗੀ। ਇਹ ਡਿਪੈਂਡ ਕਰਦਾ ਹੁੰਦਾ ਬੰਦਿਆਂ ਦੇ ਆਪਣੇ, ਯਾਨੀ ਕਿ ਜਿਹੜੇ ਕਈ ਬੰਦੇ ਹੁੰਦੇ ਆ ਵੱਛਿਆਂ ਨੂੰ ਜ਼ਿਆਦਾ ਪਿਲਾਉਂਦੇ ਆ, ਅਤੇ ਉਹਨਾਂ ਦਾ ਯਾਨੀ ਕਿ ਦੁੱਧ ਕਮ ਹੋ ਜਾਂਦਾ। ਜਿਹੜੇ ਬੰਦੇ ਜਿਹੜੇ ਵੱਛਿਆਂ ਨੂੰ ਘੱਟ ਪਿਲਾਉਂਦੇ ਆ, ਉਹਨਾਂ ਦਾ ਫਿਰ ਦੁੱਧ ਜ਼ਿਆਦਾ ਹੋ ਜਾਂਦਾ। ਇਹ ਹਰ ਬੰਦੇ ਦਾ ਆਪਣਾ ਹੱਥ ਹੁੰਦਾ ਹੈ, ਕਈ ਬੰਦੇ ਖਿਆਲ ਕਰਦੇ ਆ ਬੱਚੇ ਦਾ ਤਾਂ ਜ਼ਿਆਦਾ ਦਿੰਦੇ ਆ। ਬਾਕੀ ਇਹਦਾ ਵੀ ਤਕਰੀਬਨ 17-18 ਲੀਟਰ ਦੇ ਕਰੀਬ ਦੁੱਧ ਹੈ। ਜੇਕਰ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਫੀਸ ਬਾਈ ਹੁਣਾਂ ਨਾਲ ਰਾਬਤਾ ਕਰ ਸਕਦੇ ਹੋ। ਜਿਹੜਾ ਵੀਰ ਪਹਿਲੇ ਕਾਲ ਕਰੇਗਾ ਉਹਦਾ ਮਾਲ ਹੋਏਗਾ। ਚਿਸੀਆਂ ਸਿਟੀ ਲੋਕੇਸ਼ਨ ਆ, ਅਤੇ ਹਫੀਜ਼ ਅਤੇ ਇਰਫਾਨ ਦੋਨੇ ਭਾਈ ਨੇ, ਇਹਨਾਂ ਦਾ ਮੁਸ਼ਤਰਕਾ ਡੇਰੀ ਫਾਰਮ ਹੈ। ਗੋਡ ਸਿਆਹੀਵਾਲ ਦੀਆਂ ਵੱਛੀਆਂ ਵਗੈਰਾ, ਚੋਲਸਾਂ ਦੀਆਂ ਵੱਛੀਆਂ ਹੁੰਦੀਆਂ ਇਹਨਾਂ ਕੋਲ। ਠੀਕ ਹੈ ਦੋਸਤੋ, ਲਾਈਕ ਕਮੈਂਟ ਸ਼ੇਅਰ ਫ੍ਰੀ ਆ, ਲਾਜ਼ਮੀ ਕਰਿਆ ਕਰੋ, ਅਤੇ ਆਪਣਾ ਬਹੁਤ ਸਾਰਾ ਖਿਆਲ ਰੱਖਣਾ। ਅੱਲਾਹ ਹਾਫਿਜ਼।